ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਸੁਣਾਓ, ਕਿੱਦਾਂ ਹਾਲ ਚਾਲ ਹੈ? ਆਈ ਹੋਪ ਸਭ ਠੀਕ ਹੋਏਗਾ। ਅਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਸੀਗੀ ਆਪਣੇ ਯੂਟਿਊਬ ਚੈਨਲ ਦੇ ਬਾਰੇ, ਜਿਨ੍ਹਾਂ ਨੇ ਵੀ ਚੈਨਲ ਬਣਾਇਆ ਹੈ। ਮਤਲਬ ਬਹੁਤ ਜਲਦੀ, ਜਿੱਦਾਂ ਸਾਰੇ ਮੇਰੇ ਵਰਗੇ ਹੁੰਦੇ ਆ, ਸਾਰੇ ਨਵੇਂ ਹੈ ਨਾ, ਨਿਊ ਕਮਰਸ, ਤਾਂ ਬਹੁਤ ਜਲਦੀ ਨਾ ਉਹ ਹੋ ਜਾਂਦੇ ਆ, ਜਿੱਦਾਂ ਆਪਣਾ ਹੌਸਲਾ ਕਹਿੰਦੇ ਆ, ਪਸਤ ਕਰ ਦਿੰਦੇ ਆ ਵੀ ਨਹੀਂ ਵੀ ਸਾਡੇ ਤਾਂ ਸਬਸਕ੍ਰਾਈਬਰ ਨਹੀਂ ਆ ਰਹੇ, ਵਿਊਜ਼ ਨਹੀਂ ਆ ਰਹੇ, ਹੈ ਨਾ। ਅਤੇ ਜਿਸ ਤਰ੍ਹਾਂ ਵੀ ਮੇਰੇ ਤਾਂ ਸਬਸਕ੍ਰਾਈਬਰ ਮਤਲਬ ਹੋ ਗਏ ਨੇ, ਹੈ ਨਾ, ਮਤਲਬ ਸਬਸਕ੍ਰਾਈਬਰ ਦਾ ਜਿਹੜਾ ਸੀਗਾ ਪੂਰੇ ਕਰਨ ਦਾ, ਉਹ ਮੇਰਾ ਸਬਸਕ੍ਰਾਈਬਰ ਪੂਰੇ ਹੋ ਗਏ 1000, ਹਵੀ ਹਫਤਾ ਹੋ ਗਿਆ ਮੈਨੂੰ ਪੂਰੇ ਹੋਏ ਨੂੰ। ਅਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਵੀ ਤੁਸੀਂ ਇੰਨੀ ਜਲਦੀ ਘਬਰਾਓ ਨਾ, ਇਹ ਪ੍ਰੋਸੀਜਰ ਹੌਲੀ ਹੌਲੀ ਚੱਲਣ ਵਾਲਾ ਹੈ, ਅਤੇ ਮੈਂ ਵੀ ਹਿੰਮਤ ਨਹੀਂ ਹਲੇ ਹਾਰੀ ਹੈਗੀ ਹੈ। ਬਸ ਤੁਸੀਂ ਇਹ ਇੱਕ ਕੰਮ ਜਿਹੜਾ ਜ਼ਰੂਰੀ ਕੰਮ ਹੈ ਨਾ, ਉਹ ਕੀ ਕਰਨਾ ਹੈਗਾ ਵੀ ਰੈਗੂਲਰ ਹੀ ਆਪਣੀ ਵੀਡੀਓਜ਼ ਅਪਲੋਡ ਕਰਦੇ ਰਹਿਣਾ ਹੈ। ਮਤਲਬ ਇਹ ਨਹੀਂ ਵੀ ਜੇ ਤੁਹਾਡਾ ਅੱਜ ਕੋਈ ਵਿਊ ਨਹੀਂ ਆਇਆ ਜਾਂ ਸਬਸਕ੍ਰਾਈਬਰ ਨਹੀਂ ਜੁੜਿਆ ਤੁਹਾਡਾ ਇੱਕ ਨਵਾਂ, ਤਾਂ ਤੁਸੀਂ ਮਤਲਬ ਆਪਣੀ ਵੀਡੀਓਜ਼ ਪਾਉਣੇ ਬੰਦ ਕਰ ਦਿਓ ਵੀ ਟਾਈਮ ਵੇਸਟ ਹੋ ਰਿਹਾ ਜਾਂ ਕੁਛ। ਨਹੀਂ, ਇੱਦਾਂ ਬਿਲਕੁਲ ਨਹੀਂ ਕਰਨਾ। ਆਪਣੇ ਵੀਡੀਓਜ਼ ਨੂੰ ਰੈਗੂਲਰ ਹੀ ਅਪਲੋਡ ਕਰਦੇ ਰਹਿਣਾ, ਰੋਜ਼ ਦੀਆਂ 3-4 ਵੀਡੀਓਜ਼ ਤੁਸੀਂ ਪਾਉਂਦੇ ਰਹੋ, ਅਤੇ ਜੇ ਹੋ ਸਕਦਾ ਤਾਂ ਛੋਟੀ ਛੋਟੀ ਕਲਿੱਪ ਜੋੜ ਕੇ ਵਲੋਗ ਬਣਾ ਸਕਦੇ ਹੋ ਤੁਸੀਂ, ਹੈ ਨਾ, ਜੇ ਤੁਹਾਡੇ ਕੋਲ ਟਾਈਮ ਹੈਗਾ ਤਾਂ। ਮੈਂ ਵਲੋਗ ਤਾਂ ਘੱਟ ਬਣਾਉਂਦੀ ਹਾਂ ਕਿਉਂਕਿ ਮੇਰੇ ਕੋਲ ਨਾ ਟਾਈਮ ਦੀ ਕਮੀ ਹੈ। ਐਕਚੁਅਲੀ ਮੈਂ ਜੋਬ ਵੀ ਕਰਦੀ ਹਾਂ ਅਤੇ ਘਰ ਵੀ ਦੇਖਣਾ ਹੁੰਦਾ ਨਾ ਲੇਡੀਜ਼ ਨੇ ਆਪਣਾ, ਅਤੇ ਵਲੋਗ ਨਹੀਂ ਮੇਰੇ ਤੋਂ ਬਣਦੇ ਹੈਗੇ, ਅਤੇ ਫਿਰ ਮੈਂ ਸ਼ੋਰਟਸ ਹੀ ਬਣਾ ਲੈਂਦੀ ਹਾਂ ਜਾਂ ਫਿਰ ਅਪਲੋਡ ਕਰ ਦਿੰਦੀ ਹਾਂ, ਇੱਦਾਂ ਕਰ ਲੈਂਦੀ ਹਾਂ। ਤੁਸੀਂ ਵੀ ਇੱਦਾਂ ਕਰ ਸਕਦੇ ਹਾਂ, ਵਲੋਗ ਬਣਾਓ ਜੇ ਫ੍ਰੀ ਹਾਂ, ਨਹੀਂ ਫ੍ਰੀ ਹੈਗੇ, ਨਹੀਂ ਟਾਈਮ ਹੈਗਾ ਤਾਂ ਤੁਸੀਂ ਸ਼ੋਰਟਸ ਬਣਾ ਕੇ ਕਿਸੇ ਵੀ ਮਿਊਜ਼ਿਕ ਦੇ ਉੱਤੇ, ਕੋਮੇਡੀ ਦੇ ਉੱਪਰ, ਤਾਂ ਤੁਸੀਂ ਉਹ ਅਪਲੋਡ ਕਰ ਸਕਦੇ ਹਾਂ। ਉਹ ਰੈਗੂਲਰਲੀ ਅਪਲੋਡ ਕਰੀਓ ਤਾਂ ਕਿ ਜਿਹੜਾ ਤੁਹਾਡਾ ਲਿੰਕ ਹੈ ਨਾ ਸਬਸਕ੍ਰਾਈਬਰਸ ਨਾਲ, ਅਤੇ ਉਹ ਤੁਹਾਡਾ ਬਣਿਆ ਰਹੇ, ਹੈ ਨਾ। ਫਿਰ ਤੁਸੀਂ ਨਵੇਂ ਸਬਸਕ੍ਰਾਈਬਰ ਹੌਲੀ ਹੌਲੀ ਗੇਨ ਹੋਵੋਗੇ। ਪਰ ਇਹ ਹੈ ਕਿ ਜੇ ਤੁਹਾਡੀ ਇੱਕ ਅੱਧੀ ਵੀਡੀਓ ਵੀ ਥੋੜ੍ਹੀ ਜਿਹੀ ਅੱਪ ਹੋਗੀ ਨਾ, ਤੁਹਾਡੇ ਯੱਕਦਾ ਵੀ 200-400 ਇੱਦਾਂ ਮਤਲਬ ਕਿ ਸਬਸਕ੍ਰਾਈਬਰ ਆ ਜਾਂਦੇ ਆ। ਅਤੇ ਜਿਹੜੇ ਮੇਰੇ ਸਬਸਕ੍ਰਾਈਬਰ ਆ, ਦੇਖੋ ਮੈਂ ਜਨਵਰੀ ਦੇ ਲਾਸਟ ਵਿੱਚ ਮਤਲਬ 27-28 ਤਰੀਕ ਨੂੰ ਆਈ ਥਿੰਕ ਮੈਂ ਆਪਣਾ ਸਟਾਰਟ ਕੀਤਾ ਸੀਗਾ, ਹੈ ਨਾ, ਚੈਨਲ। ਅਤੇ ਤੁਸੀਂ ਸੋਚ ਸਕਦੇ ਆ ਮੇਰਾ ਮਤਲਬ ਦੋ ਚੈਨਲਸ ਮਤਲਬ ਬਣਾਇਆ ਸੀਗਾ, ਤਾਂ ਉਦੋਂ ਤੋਂ ਮੈਂ ਅਪਲੋਡ ਕਰਨਾ ਸ਼ੁਰੂ ਕੀਤਾ, ਸਟਾਰਟਿੰਗ ਥੋੜ੍ਹਾ ਘੱਟ ਕਰਦੀ ਸੀਗੀ। ਅਤੇ ਫਿਰ ਦੇਖੋ ਮੈਨੂੰ 1.5-2 ਮਹੀਨੇ ਹੀ ਹੋਏ ਆ, ਅਤੇ ਮੇਰਾ ਦੇਖੋ ਸਬਸਕ੍ਰਾਈਬਰ ਕੰਪਲੀਟ ਹੋ ਗਿਆ। ਅਤੇ ਜੇ ਹੁਣ ਸਬਸਕ੍ਰਾਈਬਰ ਕੰਪਲੀਟ ਹੋਇਆ ਨਾ, ਤਾਂ ਮੈਨੂੰ ਥੋੜ੍ਹਾ ਹੌਸਲਾ ਹੋ ਗਿਆ, ਹਾਂ ਨਾ ਇਹ ਸਬਸਕ੍ਰਾਈਬਰ ਕੰਪਲੀਟ ਹੋ ਸਕਦੇ ਆ, ਤਾਂ ਵਿਊਜ਼ ਜਾਂ ਘੰਟੇ ਉਹ ਵੀ ਕੋਈ ਮੁਸ਼ਕਿਲ ਕੰਮ ਨਹੀਂ ਹੈਗਾ, ਉਹ ਵੀ ਹੋ ਜਾਣਗੇ। ਬਟ ਆਪਣਾ ਜਿਹੜਾ 100% ਹੈ ਨਾ, ਸਾਨੂੰ ਇਹ ਦੇਣਾ ਪਏਗਾ ਜਿੱਦਾਂ ਅਸੀਂ ਬਾਕੀ ਕੰਮਾਂ ਨੂੰ ਦਿੰਦੇ ਹਾਂ। ਅਤੇ ਹੋਰ ਗਾਈਜ਼, ਜੇ ਤੁਸੀਂ ਮੇਰੇ ਹਿਸਾਬ ਦੀ ਕੋਈ ਨੋਲੇਜ ਮੇਰੇ 'ਤੇ ਲੈਣਾ ਚਾਹੁੰਦੇ ਹਾਂ, ਤਾਂ ਕਮੈਂਟ ਬੋਕਸ 'ਚ ਕਮੈਂਟ ਕਰ ਸਕਦੇ ਹਾਂ ਮੈਨੂੰ। ਅਤੇ ਜਿੱਦਾਂ ਜਿੱਦਾਂ ਸਾਨੂੰ ਟਾਈਮ ਹੁੰਦਾ ਜਾਂਦਾ ਨਾ, ਸਾਨੂੰ ਯੂਟਿਊਬ ਬਾਰੇ ਬਹੁਤ ਕੁਝ ਪਤਾ ਚੱਲਦਾ ਰਹਿੰਦਾ। ਜਿੱਦਾਂ ਹੁਣ ਮੈਨੂੰ ਪਤਾ ਲੱਗ ਗਿਆ ਵੀ ਦੇਖੋ 15 ਕੁ ਦਿਨ ਮੇਰੇ ਵਿਊਜ਼ ਘੱਟ ਆਉਂਦੇ ਆ, ਫਿਰ 15 ਕੁ ਦਿਨ ਬਾਅਦ ਮੇਰੇ ਵਿਊਜ਼ ਆਉਣ ਲੱਗ ਜਾਂਦੇ ਆ, ਹੈ ਨਾ। ਕੁਛ ਇਹਨਾਂ ਦਾ ਸਿਸਟਮ ਹੋਊਗਾ ਕਿ ਅਸੀਂ ਇੱਧਰ ਦੀ ਗੇੜੀ ਦੇਤੀ, ਕਦੀ ਇੱਧਰ ਦੀ ਦੇਤੀ, ਕੁਛ ਇੱਦਾਂ ਦਾ ਆਈ ਥਿੰਕ ਹੋ ਸਕਦਾ, ਹੈ ਨਾ। ਅਤੇ ਹੌਲੀ ਹੌਲੀ ਇਹ ਚੀਜ਼ਾਂ ਦਾ ਵੀ ਪਤਾ ਲੱਗ ਜਾਂਦਾ, ਅਤੇ ਇੰਨਾ ਘਬਰਾਉਣ ਦੀ ਜ਼ਰੂਰਤ ਨਹੀਂ ਆ। ਵੀਡੀਓ ਰੈਗੂਲਰਲੀ ਅਪਲੋਡ ਕਰੋ, ਅਤੇ ਜਿੱਤ ਤੁਹਾਡੀ ਪੱਕੀ ਹੈ।